ਸਾਡੀ ਗਰਾਰੀ ਅੜਗੀ ਰੋੜਾ ਟਪਾਉਣ ਦੀ ਹੁਣ ਲੈ ਵੀ ਮਿੱਤਰਾ ਇੱਧਰ ਵੜਾ ਝਾਦੀ ਮਰ ਭਾਈ ਪਹਿਲਾਂ ਆ ਨਹਿਰ ਆ ਗਈ ਤੇ ਇਹ ਹੈਗੀ ਆ ਪੂਰਾ 1 ਕਿੱਲਾ ਚੌੜੀ ਪੂਰਾ ਕਿੱਲਾ ਕੀ ਨਾ ਚਾਚਾ ਪੂਰਾ ਕਿੱਲਾ ਚੌੜੀ ਮੈਂ ਹਾਂ ਇੱਥੋਂ ਅੱਧ ਤੇ ਵੀ ਅੱਧ ਤੇ ਮਹਾ ਜਾਂਦਾ ਪਤਾ ਕੀ ਗੱਲ ਆ ਕਹਿੰਦੇ ਅਸੀਂ ਏਡੇ ਏਡੇ ਹੁੰਦੇ ਅਸੀਂ ਨਾ ਰੋੜਾ ਰੋੜਾ ਇੱਥੇ ਕਿੱਲਾ ਕ ਕਿੱਲੇ ਦੀ ਘੰਟਾ ਕਵਾਰੀ ਆ जमा चौड़ी आ मसूम दिखा ना बन लाया हुआ बस डिग पी उचारे एक बंदा बचा डुब गए बेचारे यार कल दी गल ही कल ही दो जवाक मर गए बेचारे इत्थे बहुत बहुत स्वागत है अज दी इस नवी वीडियो यार ये ना डिफरेंट होने वाली वीडियो एक हासी वाली भी आ साडी गरारी अड़गी रोड़ा टपाउण दी हुण लै वी मित्रा इधर वड़ा झादी मर भाई पहला आ नहर आ गई पता की गल एडे होंगे रोड़ा टपाउण दी गेम चलाउंदे खड़े सी नहर ते साल हो गए बनी नू 50-60 साल खर्चा पहला आपदा कर सारा मदद करती मदद करती भी मोगे बन गए पट नहीं सकता ठंडे ही ला लेने पर नहीं लंघदा
ਚੌੜ ਕਰੀ ਜਾਂਦੇ ਆ ਇਹ ਮੈਂ ਤੀਜੀ ਬੋ ਚੌਥੀ ਬੁਰਜੀ ਕੋਲੇ ਜਾਣਾ ਰੋੜਾ ਚੌਥੀ ਬੁਰਜੀ ਕੋਲੇ ਬਾਹਰ ਨਾ ਉੱਥੇ ਵਗ ਲੈ ਚਲਾ ਫਿਰ ਪਹਿਲਾਂ ਤੂੰ ਲਾ ਫਿਰ ਤੇਰੇ ਹੌਸਲੇ ਨਾਲ ਮੈਂ ਆਉਂਗਾ ਆ ਜਾ ਕਰਾ ਸੱਜਣਾ ਥੱਲੇ ਆ ਜਾ ਛੱਡ ਜਾ ਥੱਲੇ ਆ ਜਾ ਕਰਾ ਲੈ ਫੋਨ ਫੜਾ ਇਧਰ ਸਾਡਾ ਬੰਦਾ ਨਾ ਰੋੜੇ ਵੀ ਚੱਕੀ ਫਿਰਦਾ ਹਰ ਜਾ ਰੋੜਾ ਜੇ ਚ ਪਾਈ ਫਿਰਦਾ ਹੀ ਚਲ ਰੋੜਾ ਜੇ ਚ ਪਾਈ ਫਿਰਦਾ ਕਿਤੇ ਟੂਣਾ ਟੂਣਾ ਤਾਂ ਨਹੀਂ ਕਰਾ ਕੇ ਨਾ ਅੱਗੇ ਸਾਹ ਤਵੀ ਟੱਪ ਜੇ ਹੈ पंगे ले ला थक गए फिर खड़ जा भी चल हुण तेरी बजा जमा सिर छोटी झूठे करता लोग टपकी जू मार आओ बजी बटे दी पंगे लेंदे रहिंदे सी नहर ते मंगा पंगा लेना प्रैक्टिस करी लंघ गई यार कमाल दी गल है क्यों मेरा आप चर्च है नहर है पूरा किला चौड़ी है ना किला पूरा किला चौड़ी पूरा एक किला चौड़ी आ आम सुन दिखा ना बन लाया हुआ है सीनर है किला जो बस डिग पी ही उठे बेचारे की रली एक बंदा बजा ही कुछ भी रली है जेडे पोल नी हां मेन सड़क पर तो बस डिग पी दो बसें ही जुदाई हुई सी हां बस डिग पी एक बंदा बचा ही कल्ला जुदाई मूरे कढ़ दे इक 70-72 जने एक दवलियां जा दे ही जुदाई कर दे पुल तो इधर हो गई हो जमा सही गल पता किन्ने पंजाब दे पुत्त खाते होणगे आपां फिर इस हिसाब नाल कह दईए जिहड़ा 84 वाला दौर आया उस तों बाद 94 वाला खाड़कूवाद दा दौर आया हना नक्सलेट दा ਉਦੋਂ ਵੀ ਮੈਂ ਕਹਿੰਦਾ ਇਹਨੇ ਪੁੱਤ ਬਹੁਤ ਖਾਦੇ ਆ ਪੰਜਾਬ ਬਹੁਤ ਖਾਦੇ ਹਨਾ ਬਾਕੀ ਯਾਰ ਇਹਦੇ ਵਿੱਚ ਪਤਾ ਹੀ ਨਹੀਂ ਕੀ ਕੁਛ ਪਿਆ ਸੀ ਹੁਣ ਇਹਨੇ ਸਫਾਈ ਕਰੀ ਨਾ ਹੁਣ ਨਿਕਲਿਆ ਹੋਊਗਾ ਲੋਕਾਂ ਨੇ ਚੀਜ਼ਾਂ ਡਿੱਗ ਪਈਆਂ ਕਿਹਦੀ ਗੱਡੀ ਡਿੱਗ ਪਈ ਕਿਹ ਦਾ ਕੁਛ ਡਿੱਗ ਪਿਆ ਇਹਦੇ ਵਿੱਚੋਂ ਕਿਹੜਾ ਛੇਤੀ ਥਿਉਂਦੀ ਕਿਤੇ ਨਹੀਂ ਥਿਉਂਦੀ ਇਹ ਡੂੰਗੀ ਕਿੰਨੇ ਫੁੱਟ ਉਧਰ ਐਸਟੀਮੇਟ ਆ ਜਿੰਨਾ ਪਾਣੀ ਖੜਾ ਇੱਥੋਂ ਮੈਂ ਕਹਿ ਰਿਹਾ ਇੱਕ ਮਿੰਟ ਇੱਥੋਂ ਜੇ ਆਪਾਂ ਆਪਦੇ ਪੈਰਾਂ ਕੋਲੋਂ ਲੱਗ ਗਿਆ ਐਸਟੀਮੇਟ ਆਪਾਂ ਘੱਟੋ ਘੱਟ 20 ਫੁੱਟ ਦੂਰ ਤਾਂ ਖੜਾ 20 ਫੁੱਟ ਕਿੱਥੇ कल ही दो जवाक मर गए बेचारे कागज चुकने होने डुब गए बेचारे रह गए
ਵਿੱਚ ਵੜਦੇ ਵੜਦੇ ਆ ਬੰਨ ਤੋਂ ਕਿਤੇ ਜਾਂ ਤਾਂ ਰੋੜਿਆਂ ਤੋਂ ਲੱਗਦੇ ਰੋੜਿਆਂ ਵਾਲੀਆਂ ਕੋਈ ਚੱਕੋ ਆ ਵੀ ਕੁਝ ਕਰਦੇ ਹੋਣੇ ਜਵਾਕ ਨਿੱਕੇ ਨਿੱਕੇ ਤੈਨੂੰ ਪਤਾ ਹੀ ਯਾਰ ਹੁਣ ਇਹ ਜਵਾਕ ਦਾ ਕੀ ਮਾਇਨ ਹੈ ਹਾਂ ਏਡੇ ਏਡੇ ਸੀਗੇ ਦੋ ਵਜੇ ਪੈਰ ਜੇ ਉੱਥੋਂ ਮੰਨ ਕੇ ਚੱਲ ਬੰਨ ਤੂੰ ਕਿਤੇ ਥੱਲੇ ਜਮਾ ਖਾਲੀ ਪਿਆ ਤੇ ਪੈਰ ਤਿਲਕੇ 10 ਫੁੱਟ ਥੋੜੀ ਆ ਜਾਂਦਾ 10 ਫੁੱਟ ਪਾਣੀ ਹੁਣ ਤੈਨੂੰ ਪਤਾ ਜਿਹੜੇ ਬੱਚੇ ਨੂੰ ਨਹੀਂ ਤਿਲਕੇ ਕੱਲ ਹੀ ਵਿਚਾਰੇ ਨੇ ਕੱਢੇ ਇੱਕ ਤਾਂ ਜੇ ਖਣੀ ਇੱਥੇ ਆਇਆ ਨਹੀਂ ਸੀ ਮੈਨੂੰ ਲੱਗਦਾ ਇੱਕ ਤੇ ਆਇਆ ਨਹੀਂ ਇੱਕ ਅੱਛਾ ਇੱਕ ਤਾਂ ਹੈਗਾ ਸੀ ਆ ਯਾਰ ਦੇਖ ਲਓ ਬੰਦੇ ਖਾਣੀ ਨਹਿਰ ਆਪਾਂ ਕਹਿ ਦਈਏ ਤੇ ਲਵੇ ਤਾਂ ਲੱਗ ਗਿਆ ਸੀ ਮੈਂ ਵੀ ਮੈਂ ਕਹਿੰਦਾ ਤੇ ਚੱਲ ਕੋਈ ਨਾ ਚਾਚਾ ਜਿੱਤ ਗਿਆ ਭਾਈ ਸਾਡਾ ਅੱਜ ਰਾਉਂਡ ਜਿੱਤ ਗਿਆ ਚਾਚਾ ਤੇ ਸਰਪੰਚ ਨੇ ਵੀ ਲਵੇ ਲਾਤੀ ਸੀ ਚੱਲ ਮੈਂ ਸਰਪੰਚ ਤੋਂ ਵੀ ਥੋੜਾ ਜਿਹਾ ਪਿੱਛੇ ਰਹਿ ਗਿਆ ਇਹਨਾਂ ਨੂੰ ਤਜਰਬਾ ਵਾਲਾ ਇਹਨਾਂ ਨੂੰ 40 ਸਾਲ ਦਾ ਤਜਰਬਾ ਤੇ ਮੈਨੂੰ ਮੈਂ ਕਹਿੰਦਾ ਅੱਜ ਪਹਿਲੀ ਵਾਰੀ ਆਇਆ ਹੈ ਕਹਿੰਦੇ ਅਸੀਂ ਇੱਥੇ ਕਿਹੜੇ ਖਾਧੇ ਆ ਇਹ ਤਾਂ ਕਹਿੰਦਾ ਮੈਥੋਂ ਤੀਜੀ ਚੌਥੀ ਬੁਰਜੀ ਨਹੀਂ ਟੱਪਦੀ ਸੀਗੀ ਅੱਜ ਤਾਂ ਕਮਾਲ ਹੋ ਗਈ ਤੇ ਅੱਜ ਤਾਂ ਕਮਾਲ ਹੋ ਗਈ ਨਾ ਜਮਾ ਮੈਂ ਤਾਂ ਮੰਨ ਗਿਆ ਯਾਰ ਬਿਲਕੁਲ ਤੇ ਆਹਾ ਨਹਿਰ ਆ ਸੱਜਣੋ ਆਹ ਆਪਣੀ ਜਾਂਦੀ ਹੈ ਰਾਜਸਥਾਨ ਨੂੰ ਦੇਖ ਲਓ ਹੁਣ ਕਿੰਨਾ ਪਾਣੀ ਇਹ ਨਹਿਰ ਪਿੱਛੇ ਇਹਦਾ ਮੈਂ ਅਲੱਗ ਵੀਡੀਓ ਪਾਊਂਗਾ ਇਹਦੇ ਪੇਪਰ ਪੈ ਰਿਹਾ ਸੀ ਇਹ ਚ ਹੁਣ ਤਾਂ ਸ਼ਾਇਦ ਬਾਈ ਲੱਖਾਂ ਸਰਣ ਆਇਆ ਸੀ ਹਾਂ ਉਹਨੇ ਰੋਕਿਆ ਵੀ ਮਣ ਕੇ ਜਮਾ ਹੀ ਪਰੇ ਬੰਜਰ ਹੋ ਜਾਣਗੇ ਬਾਈ ਵਾਹਣ ਪਾਣੀ ਮਾੜਾ ਹੋ ਜੂ ਪਾਣੀ ਮਾੜਾ ਹੋ ਜੂਗਾ ਪੇਪਰ ਨਾਲ ਤਾਂ ਫਿਰ ਗਲਤ ਗੱਲ ਆ ਨਾ ਗਲਤ ਗੱਲ ਆ ਹੁਣ ਮਾੜਾ ਮੋਟਾ ਤਾਂ ਰਸੂਗਾ ਬਾਕੀ ਹੁਣ ਜਿਹੜਾ ਸੀਮੈਂਟਡ ਹੈ ਇਹ ਕਿੱਥੇ ਰਸਣ ਦਿੰਦਾ ਜੀ ਨਹੀਂ ਰਸਣ ਦਿੰਦਾ ਸਾਈਡਾਂ ਤੇ ਪਹਿਲਾਂ ਸਾਈਡਾਂ ਤੇ ਵਾਹਣ ਨਾ ਥੋੜੇ ਜਿਹਾ ਵਧੀਆ ਬਣ ਜਾਂਦੇ ਤੇ ਨਾਲ ਨਾਲ ਪਾਣੀ ਮਿੱਠਾ ਹੋ ਜਾਂਦਾ ਤੁਹਾਨੂੰ ਪਤਾ ਅਕਸਰ ਕੱਸੀ ਦਾ ਪਾਣੀ ਕੱਸੀ ਦਾ ਪਾਣੀ ਪੂਰਾ ਬਹੁਤ ਫਰਕ ਹੈ ਨਹੀਂ ਪਹਿਲਾਂ ਆਪਾਂ ਸੂਏ ਕਹਿ ਦਈਏ ਥੱਲੋਂ ਕੱਚੇ ਹੁੰਦੇ ਸੀਗੇ ਤੇ ਅਕਸਰ ਪਾਣੀ ਆਪਾਂ ਕਹਿ ਦਈਏ ਡੂੰਘੇ ਹੋਣ ਦਾ ਕਾਰਨ ਇਹ ਵੱਡੀ ਇਹ ਵੀ ਵੱਡੀਆਂ ਚੀਜ਼ਾਂ ਵੱਡੀ ਚੀਜ਼ ਤੇ ਇਹੀ ਆ ਨਾ ਯਾਰ ਰਸੀ ਜਾਣਾ ਰਸੀ ਜਾਣਾ ਕਿੱਥੇ ਹੁਣ ਜਿਵੇਂ ਸੀਮੈਂਟ ਦੀ ਲੋਕਲ ਭੈਣਣੀ ਦੂਜੀ ਕਰਤੀਏ ਜਮੀ ਥੱਲੋਂ ਫਰਸ਼ ਬਣਾਤੀ ਆਰਸੀ ਸੀ ਪਤਾ ਹੈ ਵੀ ਥੱਲੇ ਨਾ ਵਾਟਰ ਪ੍ਰੂਫ ਆ ਥੱਲੇ ਬੂੰਦ ਨਹੀਂ ਜਾਂਦੀ ਹੈ ਤੇ ਟੁੱਟੀ ਟੁੱਟੀ ਤਾਂ ਨਹੀਂ ਕਦੇ ਨਹਿਰ ਨਹੀਂ ਟੁੱਟੀ ਬਾਈ ਬਣਾਈ ਵਾਲੀ ਭੈੜੀ ਆ ਯਾਰ ਹਨਾ ਆਪਾਂ ਕਹਿ ਦਈਏ ਟੁੱਟਣ ਵਾਲਾ ਕਿੱਥੇ ਇੰਨੀ ਡੰਗਾਈ ਕਿ ਬਾਲੀ ਜਾਣਾ ਇਹ ਕਹਿੰਦੇ ਤੇ ਭਰ ਜਾਂਦੀ ਹੈ ਜਦੋਂ ਚਾਚਾ ਫਿਰ ਆ ਜਿੱਥੋਂ ਤੱਕ ਦਾਗ ਪਿਆ ਉਹ ਸਾਹਮਣੇ ਉੱਥੋਂ ਤੱਕ ਹਨਾ ਹਾਂ ਉੱਥੋਂ ਤੱਕ ਜਾਂਦਾ ਪਾਣੀ ਤਾਂ ਹਾਂ ਉਵੇਂ ਲੱਗੇ ਪੰਜ ਹਾਂ ਤਾਂ ਤੱਕ ਕਿੱਥੋਂ ਤੱਕ ਵੇ ਲਾ ਉੱਥੇ ਚਾਲ ਹੋ ਗਿਆ ਬਾਈ ਜਮਾ 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 5-7 ਫੁੱਟ ਹੀ ਰਹਿ ਜਾਂਦੀ ਹੈ ਥੱਲੇ ਆਪਾਂ ਕਹਿ ਦਈਏ ਆ ਇਹਦੇ ਤੇ ਆ ਜਾਂਦੀ ਆ ਲੈਣ ਤੇ ਆਰਾਮ ਨਾਲ ਹਨਾ ਬਹੁਤ ਪਾਣੀ ਖਾਈਦੀ ਇਹ ਬਿਲਕੁਲ ਪੰਜਾਬ ਦਾ ਪਾਣੀ ਜਾਂਦਾ ਹੀ ਆ ਯਾਰ ਕਿੰਨੇ ਨਹੀਂ ਕਿੰਨੇ ਕਿਊਸਕ ਹੁਣ ਆਪਾਂ ਨੂੰ ਤਾਂ ਇੰਨਾ ਪਤਾ ਨਹੀਂ ਬਿਲਕੁਲ ਇਹ ਗੱਲ ਸਹੀ ਆ ਇਹ ਗੱਲ ਬਾਈ ਲੱਖੇ ਸਦਾਣੇ ਨੇ ਬਿਲਕੁਲ ਸਹੀ ਕਹੀ ਸੀ ਤੇ ਇਹ ਫਿਰ ਉਦੋਂ ਪਹਿਲਾਂ ਨਾਲ ਲੈ ਕੇ ਉਦੋਂ ਪਹਿਲਾਂ ਜਿਵੇਂ ਹੁਣ ਉਦੋਂ ਨਹੀਂ ਹੈ ਨਾ ਇੰਨਾ ਉਦੋਂ ਇਹ 47 ਤੋਂ ਪਹਿਲਾਂ ਲੰਘਾਉਣਗੇ ਮੇਰੇ ਹਿਸਾਬ ਨਾਲ ਪਹਿਲਾਂ ਸਮਝੌਤੇ ਉਦੋਂ ਸਮਝੌਤੇ ਹੋਏ ਆਪਾਂ ਕਹਿੰਦੇ ਸਮਝੌਤੇ ਜਦੋਂ ਨਵਾਂ ਬਣਿਆ ਆਪਣੇ ਆ ਦੇਸ਼ ਆਜ਼ਾਦ ਹੋਇਆ ਉਦੋਂ ਬਾਅਦ ਕਿਤੇ ਥੋੜਾ ਚਿਰ ਹੀ ਬਾਹਰ ਨਿਕਲ ਗਏ ਉਦੋਂ ਇੰਨਾ ਹੈ ਨਹੀਂ ਸੀਗਾ ਸਮਝੌਤੇ ਉਦੋਂ ਬਸ ਜਿਵੇਂ ਹੋ ਗਏ ਉਦੋਂ ਬਸ ਚੱਲੀ ਜਾਂਦਾ ਕੰਮ ਹੁਣ ਨਾ ਇਹ ਉਠਾ ਸਕਦੇ ਨਾ ਚਲੋ ਵੀਡੀਓ ਨੂੰ ਸੱਜਣੋ ਸ਼ੇਅਰ ਕਰਿਓ ਇੱਕ ਸਪੈਸ਼ਲ ਹਾਸੇ ਮਜ਼ਾਕ ਵਾਲੀ ਵੀ ਸੀਗੀ ਤੇ ਵਿੱਚ ਕੰਮ ਦੀਆਂ ਗੱਲਾਂ ਵੀ ਆਪਾਂ ਪਾਈਆਂ ਵੀਡੀਓ ਦੇ ਵਿੱਚ ਗੱਲਾਂ ਕਰੀਆਂ ਚਾਚੇ ਉਹਨਾਂ ਨੇ ਵੀਡੀਓ ਨੂੰ ਸੱਜਣੋ ਸ਼ੇਅਰ ਕਰਿਓ ਜਿਉਂਦੇ ਵਸਦੇ ਰਹੋ ਧੰਨਵਾਦ ਜੀ।